ਸਤਿ ਸ੍ਰੀ ਅਕਾਲ ਜੀ, ਹਰਜਿੰਦਰ ਵਾਲੀਆ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਲੋਕਤੰਤਰ ਦਾ ਉਤਸਵ ਕੱਲ ਹੈ, ਵੋਟਾਂ ਪੈਣੀਆਂ ਨੇ, 5 ਸਾਲ ਬਾਅਦ ਦਿਨ ਆਉਂਦਾ ਤੇ ਤੁਸੀਂ ਵੋਟਾਂ ਪਾਉਣੀਆਂ ਨੇ ਔਰ ਜ਼ਰੂਰ ਪਾਉਣੀਆਂ ਨੇ, ਆਪਣੀ ਮਰਜ਼ੀ ਦੇ ਬੰਦੇ ਨੂੰ ਪਾਉਣੀਆਂ ਨੇ, ਆਪਣੀ ਮਰਜ਼ੀ ਨਾਲ ਪਾਉਣੀਆਂ ਨੇ। ਔਰ ਮੈਂ ਤੁਹਾਨੂੰ ਦੱਸਾਂ ਕਿ ਹੁਣੇ ਜਦੋਂ ਮੈਂ ਪ੍ਰੋਗਰਾਮ ਕਰਕੇ ਹਟਿਆ, ਚਰਚਾ ਪ੍ਰੋਗਰਾਮ 'ਚ ਇਹਦਾ ਮੈਂ ਜ਼ਿਕਰ ਕੀਤਾ ਕਿ ਵੋਟ ਜ਼ਰੂਰ ਪਾਉਣੀ ਹੈ, ਤਾਂ ਮੈਨੂੰ ਇੱਕ ਫੋਨ ਆਉਂਦਾ ਇੱਕ ਪਿੰਡ ਦੇ ਵਿੱਚੋਂ। ਮੈਂ ਹੁਣ ਨਹੀਂ ਦੱਸੂਗਾ ਕਿਉਂਕਿ ਜਿਹੜੇ ਬੰਦੇ ਨੇ ਕਿਹਾ ਮੈਂ ਉਹਦਾ ਹਵਾਲਾ ਦੇ ਦਿੰਦਾ, ਮੇਰੇ ਕੋਲ ਉਸ ਤਰ੍ਹਾਂ ਦਾ ਸਬੂਤ ਨਹੀਂ। ਪਰ ਉਹਨੇ ਕੀ ਕਿਹਾ, ਉਹ ਕਹਿੰਦਾ ਜੀ ਮੇਰੇ ਘਰ 5,000 ਰੁਪਈਆ ਅਤੇ 5 ਬੋਤਲਾਂ ਦੇ ਗਏ। ਮੈਂ ਕਿਹਾ ਤੇਰੇ ਘਰ? ਕਹਿੰਦਾ ਨਹੀਂ, ਸਾਰੇ ਘਰਾਂ 'ਚ ਦਿੱਤਾ ਜਾ ਰਿਹਾ, ਕਿਸੇ ਨੂੰ 5,000, ਕਿਸੇ ਨੂੰ 10,000, ਇਸ ਤਰ੍ਹਾਂ ਵੰਡਿਆ ਜਾ ਰਿਹਾ। ਮੈਂ ਕਿਹਾ ਅੱਛਾ। ਅਤੇ ਕਹਿੰਦਾ ਜੀ ਮੈਂ ਤੁਹਾਨੂੰ ਫੋਨ ਕੀਤਾ, ਕਿਹਨੂੰ ਵੋਟ ਪਾਈਏ? ਮੈਂ ਕਿਹਾ ਆਪਦੀ ਮਰਜ਼ੀ ਨਾਲ ਪਾਓ। ਅਤੇ ਕਹਿੰਦੇ ਜਿਹੜਾ ਹੈ ਅਸੀਂ ਤਾਂ ਕਿਸੇ ਨੂੰ ਪਾਉਣਾ ਨਹੀਂ ਚਾਹੁੰਦੇ। ਮੈਂ ਫਿਰ ਨੋਟਾਂ ਨੂੰ ਪਾਓ। ਕਹਿੰਦੇ ਜੀ ਨੋਟਾਂ? ਮੈਂ ਕਿਹਾ ਬਿਲਕੁਲ, ਨਨ ਆਫ ਦਾ ਅਬਵ, ਇੱਕ ਬਟਨ ਹੁੰਦਾ ਉਹਨੂੰ ਦੱਬ ਦਿਉ। ਕਹਿੰਦੇ ਜੀ ਆਹ ਗੱਲ ਠੀਕ ਹੈ ਤੁਹਾਡੀ, ਅਸੀਂ ਉਹਨੂੰ ਦੱਬ ਦਾਂਗੇ। ਲੇਕਿਨ ਇਹ ਗੱਲ ਤੋਂ ਮੈਨੂੰ ਆਈਡੀਆ ਹੋਇਆ ਕਿ ਤੁਹਾਡੇ ਮਨ 'ਚ ਜਿਹੜਾ ਸਵਾਲ ਹੈ ਬਹੁਤ ਸੌਖਾ, ਇਹਦਾ ਜਵਾਬ ਹੈ। ਦੇਖੋ, ਆਪਾਂ ਜੇ ਹੁਣ ਨਹੀਂ ਸੋਚਾਂਗੇ ਫਿਰ ਕਦੋਂ ਸੋਚਾਂਗੇ? ਵੋਟ ਜਿਹੜੀ ਪਾਉਣ ਤੋਂ ਪਹਿਲਾਂ ਬੰਦਾ ਕਿਵੇਂ ਚੁਣਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ। ਦੇਖੋ, ਸਭ ਤੋਂ ਪਹਿਲਾਂ ਤਾਂ ਐਜੂਕੇਸ਼ਨ ਦੇਖ ਲਓ, ਦੇਖੋ ਪੜ੍ਹਿਆ ਲਿਖਿਆ ਹੈ, ਪੜ੍ਹਿਆ ਲਿਖਿਆ ਜਿਹੜਾ ਬੰਦਾ ਘੱਟੋ ਘੱਟ ਉਹਨੂੰ ਗੱਲ ਸਮਝ ਆਉਂਦੀ ਹੈ, ਉਹ ਗੱਲਬਾਤ ਕਰ ਸਕਦਾ, ਲਿਖਤ ਪੜ੍ਹਤ ਕਰ ਸਕਦਾ, ਐਜੂਕੇਸ਼ਨ ਜ਼ਰੂਰ ਦੇਖ ਲਿਓ। ਇਸ ਪਰ ਹੈ ਕਾਫੀ ਬੰਦੇ ਜਿਹੜੇ ਨੇ ਉਹ PhD ਵੀ ਨੇ, ਇਸ ਵਾਰ MA ਵੀ ਨੇ, BA ਵੀ ਨੇ, ਪ੍ਰੋਫੈਸ਼ਨਲ ਡਿਗਰੀਜ਼ ਵੀ ਨੇ, ਪਰ ਦੂਜੇ ਪਾਸੇ ਜ਼ਿਆਦਾ ਗਿਣਤੀ 'ਚ 10ਵੀਂ 12ਵੀਂ, 1-2 ਤਾਂ ਐਸੇ ਨੇ ਜਿਹੜੇ ਬਿਲਕੁਲ ਹੀ ਨਹੀਂ ਪੜ੍ਹੇ ਹੋਏ, 5-7 5ਵੀਂ ਪਾਸ ਨੇ। ਪਰ ਇਹ ਤੁਸੀਂ ਦੇਖਣਾ, ਇਕੱਲਾ ਐਜੂਕੇਸ਼ਨ ਨਹੀਂ, ਜੇ ਉਹ BA ਨਹੀਂ ਹੈ। ਗਿਆਨੀ ਜੈਲ ਸਿੰਘ ਕਿਹੜਾ BA ਸੀ? ਉਹ ਤਾਂ ਗਿਆਨੀ ਸੀ ਇਕੱਲੇ, ਪੰਜਾਬੀ ਦੀ BA ਕਹਿ ਲਓ। ਤਾਂ ਦੋਨੇ ਚੀਜ਼ਾਂ ਹੁੰਦੀਆਂ ਨੇ, ਲੇਕਿਨ ਐਜੂਕੇਸ਼ਨ ਕਾਊਂਟ ਕਰਦੀ ਹੈ। ਨੰਬਰ 2, ਇਹ ਜਿਹੜੀ ਐਜੂਕੇਸ਼ਨ ਤੁਹਾਨੂੰ ਨੋ ਯੂਅਰ ਕੈਂਡੀਡੇਟ ਤੋਂ ਮਿਲਜੂ, ਤੁਹਾਡੀ ਜਿਹੜਾ ਹੈ ਇਹ ਚੋਣ ਕਮਿਸ਼ਨ ਨੇ ਪਾਇਆ ਹੋਇਆ। ਫਿਰ ਤੁਸੀਂ ਉਹਦੀ ਜਾਇਦਾਦ ਦੇਖੋ, ਉਹ ਵੀ ਤੁਹਾਨੂੰ ਉੱਥੋਂ ਪਤਾ ਲੱਗ ਜੂ ਕਿ ਉਹਦੇ ਕੋਲ ਕੈਸ਼ ਕਿੰਨਾ, ਉਹਦੇ ਕੋਲ ਜਾਇਦਾਦ ਕਿੰਨੀ, ਉਹਦੇ ਕੋਲ ਪੈਸਾ ਕਿੰਨਾ, ਇਹ ਵੀ ਪਤਾ ਲੱਗ ਜੂਗਾ ਜੇ ਦੁਬਾਰਾ ਖੜਾ, ਕਿ ਪਿਛਲੀ ਵਾਰ ਕਿੰਨਾ ਸੀ, ਹੁਣ ਕਿੰਨਾ, ਕਿੰਨਾ ਉਹਨੇ ਵੱਧ ਡਿਕਲੇਅਰ ਕੀਤਾ। ਜਾਂ ਤੁਹਾਨੂੰ ਆਪਣੇ ਸੋਰਸਿਸ ਤੋਂ ਪਤਾ ਹੈ ਕਿ ਉਹਦੇ ਕੋਲ ਪੈਸਾ ਹੈ ਕਿੰਨਾ, ਜੇ ਉਹਦੇ ਕੋਲ 1 ਕਰੋੜ ਰੁਪਈਆ, 1 ਕਰੋੜ ਰੁਪਏ ਨੇ, 200, 300, 400, 500 ਕਰੋੜ ਨੇ, ਤਾਂ ਸਮਝੋ ਬਹੁਤ ਅਮੀਰ ਹੈ। ਅਤੇ ਫਿਰ ਉਹ ਪੈਸਾ ਕਿੱਥੋਂ ਬਣਦਾ, ਕਿਵੇਂ ਬਣਦਾ, ਜਦੋਂ ਉਹ ਸਿਆਸਤ 'ਚ ਆਇਆ ਸੀ ਉਦੋਂ ਉਹਦੇ ਕੋਲ ਕੀ ਸੀ, ਹੁਣ ਉਹਦੇ ਕੋਲ ਕੀ ਹੈ, ਉੱਥੋਂ ਤੁਹਾਨੂੰ ਉਹਦਾ ਕਾਫੀ ਕੁਛ ਪਤਾ ਲੱਗ ਜੂ ਕਰੈਕਟਰ ਦਾ, ਕਿ ਇਹ ਹੈ ਕੀ ਚੀਜ਼। ਵੈਸੇ ਵੀ ਜਿਹੜਾ ਇਕੱਲਾ ਕਰੈਕਟਰ ਜਿਹੜਾ ਸਾਡੇ ਹਿਸਾਬ ਨਾਲ ਜਾਂ ਅਸੀਂ ਜਿਹੜੀ ਡੈਫੀਨੇਸ਼ਨ ਲੈਂਦੇ ਹਾਂ, ਉਹ ਤੋਂ ਇਲਾਵਾ ਵੀ ਆਪਾਂ ਦੇਖ ਲਈਏ ਕਿ ਉਹਦੀ ਆਮ ਲੋਕਾਂ ਨਾਲ ਕਿਵੇਂ ਬੋਲਚਾਲ ਹੈ, ਉਹਦਾ ਵਤੀਰਾ ਕੀ ਹੈ, ਉਹਦਾ ਰਹਿਣ ਸਹਿਣ ਢੰਗ ਕੀ ਹੈ, ਸਾਰੀਆਂ ਗੱਲਾਂ ਦੇਖੋ। ਉਹ ਆਪਦਾ ਵਚਨ ਪੂਰਾ ਕਰਦਾ, ਲੋਕਾਂ ਦੇ ਦੁੱਖ ਸੁੱਖ 'ਚ ਖੜਦਾ, ਆਉਂਦਾ ਜਾਂਦਾ ਕਿ ਨਹੀਂ ਆਉਂਦਾ ਜਾਂਦਾ, ਬੋਲਣ ਲੱਗੇ ਉਹ ਸਿੱਧਾ ਬੋਲਦਾ, ਟੇਢਾ ਬੋਲਦਾ, ਗਾਲਾਂ ਕੱਢਦਾ ਨਹੀਂ ਕੱਢਦਾ, ਉਹਦੇ 'ਚ ਹੋਮੇ ਕਿੰਨੀ ਕੁ ਹੈ, ਇਹ ਵੀ ਤਾਂ ਦੇਖ ਲਓ ਨਾ। ਜਦੋਂ ਤੁਸੀਂ ਉਹਨੂੰ ਮਿਲ ਜਾਓਗੇ, ਮਿਲੂਗਾ ਨਹੀਂ ਮਿਲੂਗਾ, ਜਾਂ 5 ਸਾਲ ਬਾਅਦ ਕਹਿ ਦਿਓ ਇਸ ਵਾਰ ਮਾਫ਼ੀ ਮੰਗ ਲਓ, ਅਗਲੇ 5 ਸਾਲ ਬਾਅਦ ਮੈਂ ਤੁਹਾਨੂੰ ਇੱਕ ਫੋਨ ਨੰਬਰ ਦੇਊਂ, ਇਹ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਦੇਖ ਲਓ। ਇਹ ਵੀ ਦੇਖ ਲਓ ਉਹਨੇ ਕੁਛ ਕੀਤਾ, ਲੋਕ ਸੇਵਾ ਕੀਤੀ ਹੈ, ਲੋਕਾਂ ਦੇ ਕਦੇ ਕੰਮ ਆਇਆ, ਹੁਣ ਕੋਵਿਡ ਨਿਕਲ ਕੇ ਹਟਿਆ ਉਦੋਂ ਉਹਨੇ ਕੁਛ ਕੰਮ ਕੀਤਾ, ਉਦੋਂ ਦੇਖ ਲਓ ਤੁਸੀਂ। ਜਿਹੜਾ ਬੰਦਾ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ 'ਚ ਨਹੀਂ ਖੜਦਾ, ਹੁਣ ਆ ਕੇ ਵੋਟਾਂ ਮੰਗਦਾ, ਉਹਨੂੰ ਕੋਈ ਹੱਕ ਹੈ? ਬਹੁਤ ਸਾਰੇ ਬੰਦੇ ਅੱਜ ਖੜੇ ਹੋ ਗਏ, ਪਾਰਟੀਆਂ ਨੇ ਟਿਕਟ ਦਿੱਤੀ, ਰਹਿੰਦੇ ਕੋਈ ਦਿੱਲੀ ਰਹਿੰਦਾ, ਕੋਈ ਚੰਡੀਗੜ੍ਹ ਰਹਿੰਦਾ, ਉਹ ਤੁਹਾਡੇ ਕੋਲ ਕਦੋਂ ਆਉਣਗੇ? ਆ ਸਨੀ ਦਿਓਲ ਕਦੋਂ ਆਇਆ ਮੁੜ ਕੇ? ਇਹ ਤੁਸੀਂ ਦੇਖਣਾ ਨਾ। ਸੋ ਇਹ ਵੀ ਦੇਖ ਲਓ। ਅਤੇ ਇੱਕ ਹੋਰ ਵੀ ਹੈ, ਕਈ ਬੰਦੇ ਆਪਣੇ ਆਪ ਨੂੰ ਇਹ ਸਮਝਦੇ ਨੇ ਕਿ ਉਹਨਾਂ ਦਾ ਇਮੇਜ ਉਹਨਾਂ ਦਾ ਗੁੰਡਾਗਰਦੀ ਵਾਲਾ ਹੁੰਦਾ, ਹਥਿਆਰ ਲੈ ਕੇ ਚੱਲਣੇ, ਬੰਦਿਆਂ 'ਚ ਇਸ ਤਰ੍ਹਾਂ ਆਕੜ ਕੇ ਤੁਰਨਾ, ਉਹ ਤੋਂ ਦੇਖ ਲਓ ਉਹਨਾਂ ਦੀ ਕਿਹੋ ਜਿਹੀ ਸੋਚ ਹੋਊਗੀ। ਉਹ ਤਾਂ ਤੁਸੀਂ ਦੇਖਣਾ ਨਾ, ਵੋਟ ਪਾਉਣ ਤੋਂ ਪਹਿਲਾਂ ਤੁਸੀਂ ਕਿਹਨੂੰ ਚੁਣਨਾ। ਅੱਜ ਕੱਲ੍ਹ ਤਾਂ ਇਹ ਵੀ ਨਹੀਂ ਪਤਾ ਲੱਗਦਾ ਉਹਦੀ ਵਿਚਾਰਧਾਰਾ ਕੀ ਹੈ, ਵਿਚਾਰਧਾਰਾ ਹੁੰਦੀ ਤਾਂ ਫਿਰ ਪਾਰਟੀਆਂ ਕਿਵੇਂ ਦਲ ਬਦਲਦੀਆਂ, ਗੱਲਾਂ ਕਿਉਂ ਹੁੰਦੀਆਂ, ਇਹ ਵੀ ਦੇਖ ਲਓ ਕਿ ਉਹ ਕਿੰਨੇ ਚਿਰ ਤੋਂ ਉਸ ਪਾਰਟੀ 'ਚ ਹੈ, ਜਾਂ ਉਹਨੇ ਪਾਰਟੀ ਬਦਲੀ ਕਦੋਂ ਬਦਲੀ, ਕੀ ਇੱਕ ਦਿਨ ਪਹਿਲਾਂ ਆਇਆ,
जब बाद कई सालों बाद आया जा बहुत लंबे समय तो एको पार्टी नाल काम कर रहे इथों भी पता लग जू बंदा टुपुसी मारता नहीं है कुर्सी दे नाल विचारधारा जो कुछ आया जा कुर्सी दी विचारधारा उहदी कुर्सी लई कुछ भी कर सकदा किसी भी पार्टी जा सकदा किसी भी डेरे जा सकदा किसी दे भी चरणां च बैठ सकदा तो यह भी देख लो तुसीं कितें तुहाडे उहने पैसा भेजता उहने बोतलां शराब दीआं भेजीआं ਜਿਹੜਾ ਬੰਦਾ ਤੁਹਾਨੂੰ ਬੋਤਲਾਂ ਸ਼ਰਾਬ ਦੀਆਂ ਪੈਸਾ ਗਿਫਟ ਦਿੰਦਾ ਫਰਿੱਜ ਭੇਜਦਾ ਮੋਟਰਸਾਈਕਲ ਦਿੰਦਾ ਕਿਉਂ ਵੋਟ ਪਾਉਣੀਆਂ ਉਹ ਤਾਂ ਪਤਾ ਵੀ ਉਹ ਤੁਹਾਨੂੰ ਥੋੜ੍ਹੀ ਉਹ ਤਾਂ ਤੁਹਾਡੇ ਪੈਸਾ ਲੁੱਟ ਕੇ ਤੁਹਾਨੂੰ ਦੇ ਰਿਹਾ ਅਤੇ ਫਿਰ ਉਦੋਂ ਬਾਅਦ ਦੁੱਗਣੇ ਤਿੱਗਣਾ ਲੁੱਟੂਗਾ ਇਹੋ ਜਿਹੇ ਬੰਦੇ ਦਾ ਲੈਣਾ ਲੈ ਲਓ ਇਹ ਨਹੀਂ ਹੈ ਕਿ ਜੇ ਦੇ ਗਿਆ ਰੱਖ ਲਓ ਲੇਕਿਨ ਵੋਟ ਆਪਣੀ ਮਰਜ਼ੀ ਨਾਲ ਪਾਉਣੀ ਹੈ ਇਹ ਜ਼ਰੂਰ ਰੱਖੋ ਵੋਟ ਦੇ ਵਿੱਚ ਤੁਸੀਂ ਕਦੇ ਵੀ ਉਹ ਨਾ ਕਰੋ ਅਤੇ ਇਹ ਵੀ ਦੇਖੋ कि कोई धर्म के नाम से तो नहीं थोड़ा कह रहा देखो भी अपनी जात एक है अपनी बरादरी एक है अपना धर्म एक है यह जे बंदे खतरनाक होंगे ने यह बच के चलने की लोड़ है जा यह भी देख लो भी उन्होंने वातावरण बारे पता है उन्होंने पंजाब दीयां समस्यावां का पता है उन्होंने पानी की समस्या का पता है उन्होंने पता है भी जी डी पी की होंगे ता उन्होंने पता लगू महंगाई की होंगी है थोड़ी समस्यावान किमें जानू वह जो उन्होंने बजट का नहीं पता हो कि बजट एलोकेशन किमें होंगी है काम किमें कराऊ वह ये सारिया गल्लां तुहानू ना जे किसानां नू कहिंदा कि स्वामीनाथन रिपोर्ट लागू करांगे स्वामीनाथन रिपोर्ट है कि पुछ लो उहनू सवाल कर लेंदे तो हुण घट्टो घट इहो जे बंदे नू लाओ जिहनू ये सारा कुछ पता होवे मतलब कि पढ़िया लिखा होवे यह होवे जिहड़ा बंदा जात दे नां ते बरादरी दे नां ते मंगदा कर दो रिजैक्ट तुसीं करोना की आ उतों इहो जे बंदे तों तुसीं सही बंदे चुणने ने जिहड़ा बंदा तुहाडी वोट खरीद रहा है जिहड़ा तुहानू बंदा सिर्फ इह कहिंदा वी असीं आह आटा दाल देवांगे जे तो कहता नहीं असं रुजगार देवे फिर वह फायदा की मतलब तुम वह देखो भी थोड़े समाज को की देना चाहता है कि थोड़ू भिखारी तो नहीं बना रहा मंगते तो नहीं बना रहा जे यही कुछ कर रहे तो फिर वह कोई फायदा नहीं है तो यह सारिया गलों कंसिडर कर लो तो उदू बाद देख लो पाओ वोट जरूर पाओ ये ना कहो कि वोट नहीं पानी जे नहीं चंगा जेडे जे जे है उन्होंने तो एक चुन लो घट देखो ना जे बेईमान हो अपने को घट बेईमान चुन लो जे थोनू लगता नहीं सारे एको जे ने तो सारे लटेरे ने फिर तुसी करो नोटा हैगी नोटा तो चुन लो नोटा भी अपने आप च अहम है देखो गल सुनो जिस दिन नोटा जितन लग गई ना चंगे बंदे आने शुरू हो जाएंगे नोटा के जितन का मतलब यह है कि नोटा का जे गिनती ज़्यादा बढ़ जाती है जेडे बंदे खड़े ने उन्होंने तुम रिजैक्ट करता वह दोबारा नहीं खड़े हो सकेंगे क्योंकि लोगों के रिजैक्ट किए हुए ने यह वक्री गल साढ़े देश सारा कुछ निराला जोड़ा बंदा आप लोग हरा देंगे ने बंदा जाके मंत्री बन जाता हरदीप पुरी नहीं देखे तो पहले अरमजीत भी नहीं देखे बहुत ने पंजाब च भी बड़े ने सो यह सारिया गल् कंसिडर करके कल का दिन थोड़े लिए बहुत अहम है प्यारे दर्शकों प्यारे वोटरों ਤੁਸੀਂ ਵਿਚਾਰੇ ਨਾ ਬਣੋ ਤੁਹਾਡੇ ਹੱਥ 'ਚ ਪਾਵਰ ਹੈ ਇਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਵੋਟ ਪਾਓ ਜ਼ਰੂਰ ਪਾਓ ਆਪਣੀ ਮਰਜ਼ੀ ਦੇ ਬੰਦੇ ਨੂੰ ਪਾਓ ਆਪਣੀ ਮਰਜ਼ੀ ਨਾਲ ਪਾਓ ਮੇਰਾ ਤੁਹਾਨੂੰ ਇਹੀ ਕਹਿਣਾ ਹੈ ਬਹੁਤ ਬਹੁਤ ਸ਼ੁਕਰੀਆ।